देखो एबीपी सांझा टाटा स्काई चैनल नंबर 1929 ते। तुसी की कर दियो? बेरोजगार हां जी। ਸਰਕਾਰਾਂ ਨੇ ਕੋਈ ਜੌਬ ਨਹੀਂ ਆ, ਕੁਛ ਨਹੀਂ ਆ। ਅਗਰ ਇੱਥੇ ਸਰਕਾਰ ਕੋਈ ਨੌਕਰੀ ਦਿੰਦੀ ਹੁੰਦੀ ਤਾਂ ਹੁਣ ਤਾਂ ਕਹਿੰਦੇ ਬੱਚੇ ਬਾਹਰ ਜਾਂਦੇ ਕਿਉਂ? ਜਦ ਅਸੀਂ ਗੈਸ ਸਿਲੰਡਰ ਲਿਆਤੀ, ਅਸੀਂ 50 ਰੁਪਏ ਚ ਸਿਲੰਡਰ ਭਰਾਉਂਦੇ ਸੀ। ਅੱਜ 50 ਤੋਂ ਦੇਖੋ 1000 ਰੁਪਏ ਤੇ ਸਿਲੰਡਰ ਆ ਗਿਆ। ਲਾਉਂਦੇ ਨੇ ਟੀਕੇ ਮੁੰਡੇ ਮਰ ਜਾਂਦੇ ਨੇ, ਲਾਉਂਦੇ ਨੇ ਟੀਕੇ ਮੁੰਡੇ ਮਰ ਜਾਂਦੇ ਨੇ। ਜਿਹੜੀਆਂ ਵਿਆਹੀਆਂ ਹੋਈਆਂ ਨੇ ਉਹ ਪਿੱਟਦੀਆਂ ਨੇ, ਉਹਨਾਂ ਨੂੰ ਸੱਸਾਂ ਕਿਵੇਂ ਦੇਖਣ ਮੈਨੂੰ ਆਏ ਤੋਂ? ਮਤਲਬ ਜਿਹੜੇ ਟੀਚਰ ਆ ਉਹ ਸਾਰੇ ਧਰਨਾ ਲਈ ਬੈਠੇ ਕਿ ਸਾਨੂੰ ਨੌਕਰੀ ਦਿਓ। ਹਲੇ ਤੱਕ ਉਹਨਾਂ ਨੂੰ ਕਿਸੇ ਨੇ ਕੋਈ ਨੌਕਰੀ ਨਹੀਂ ਦਿੱਤੀ, ਤਾਂ ਸਾਨੂੰ ਕੋਈ ਆਸ ਨਹੀਂ ਵੀ ਸਾਨੂੰ ਵੀ ਨੌਕਰੀ ਮਿਲ ਸਕਦੀ ਹੈ। ਗੱਲਾਂ ਵੱਡੀਆਂ ਵੱਡੀਆਂ ਹੁੰਦੀਆਂ ਨੇ ਕਿ ਮਹਿਲਾਵਾਂ ਲਈ ਕੀਤਾ ਜਾਏਗਾ, ਬੱਚਿਆਂ ਲਈ ਕੀਤਾ ਜਾਏਗਾ, ਕਿ ਸਾਨੂੰ ਸਰਕਾਰਾਂ ਅਪਾਹਜ ਬਣਾ ਰਹੀਆਂ ਨੇ। ਕਿਹੜਾ ਵੋਟਾਂ ਆ ਕੇ ਮੰਗਣਗੇ, ਫਿਰ ਵੋਟਾਂ ਲੈ ਕੇ ਜਿੱਤ ਕੇ ਫਿਰ ਇਹ ਨਹੀਂ ਪਤਾ ਕਿੱਥੇ ਖਲ ਖੁੰਜੇ ਵੜ ਕੇ ਬੈਠਣਗੇ। ਕਦੇ ਬਾਹਰ ਹੀ ਨਹੀਂ ਆਉਂਦੇ। ਜਦ ਦੁਬਾਰਾ ਵੋਟਾਂ ਆਉਣਗੀਆਂ ਫਿਰ ਆ ਜਾਣਗੇ ਘਰ ਘਰ ਮੰਗਣ, ਸਾਨੂੰ ਵੋਟਾਂ ਪਾਓ, ਐਤਕੀ ਸਾਨੂੰ ਵੋਟਾਂ ਪਾਓ। ਜਿਹੜੇ ਬੰਦੇ ਸਾਡੇ ਨਾਲ ਫਰਾਡ ਕਰਨਗੇ, ਫਰਾਡ ਕਰਕੇ ਜਾਣਗੇ, ਤਾਂ ਉਹਨਾਂ ਨੂੰ ਅਸੀਂ ਅੱਗੇ ਖੜਨ ਨਹੀਂ ਦੇਵਾਂਗੇ।